ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਤਰਨਜੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿੱਚ ਵਿਸ਼ਾਲ ਸਦਭਾਵਨਾ ਰੈਲੀ। ਲੁਧਿਆਣਾ ਵਿੱਚ ਗੈਸ ਸਿਲੰਡਰ ਤੋਂ ਲੱਗੀ ਅੱਗ ਕਾਰਨ 3 ਬੱਚਿਆਂ ਦੀ ਦਰਦਨਾਕ ਮੌਤ। ਇੰਦਰਬੀਰ ਸਿੰਘ ਬੁਲਾਰੀਆ ਦੀ ਥਾਂ ਰਵੀ ਕਿਰਨ ਸਿੰਘ ਕਾਲੋ ਬਣੀ ਯੂਥ ਅਕਾਲੀ ਦਲ ਜ਼ੋਨ ਮਾਝਾ ਦੇ ਨਵੇਂ ਪ੍ਰਧਾਨ। ਮੰਤਰੀ ਨਾਲ ਬਹਿਸ ਹੋਣ ਤੋਂ ਬਾਅਦ ਹਰਿਆਣਾ ਦੀ ਮਹਿਲਾ ਐਸਪੀ ਦਾ ਤਬਾਦਲਾ। ਦੇਸ਼ ਵਿੱਚ ਖੇਤ ਕਿਸਾਨ ਤੇ ਜ਼ਮੀਨ ਬਚਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਕਿਹਾ ਹਨਨ ਮੁੱਲਾ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਬਠਿੰਡਾ ਤੋਂ ਬਾਅਦ ਮੋਗਾ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਭਾਵਸ਼ਾਲੀ ਰੈਲੀ ਕਰਨ ਵਿਚ ਸਫਲ ਰਿਹਾ। ਵੱਡੀ ਗਿਣਤੀ ਵਿਚ ਪੰਡਾਲ ਵਿਚ ਉਮੜੇ ਲੋਕਾਂ ਨੂੰ ਦੇਖ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਲਾਕੇ ਦੇ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ। ਇਸ ਰੈਲੀ ਦੌਰਾਨ ਕਾਂਗਰਸ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਰਹੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ ਸੀ ਅਤੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਅੱਜ ਫਿਰ ਕਾਂਗਰਸ ਪੰਜਾਬ ਦੇ ਅਮਨ ਨੂੰ ਤੀਲੀ ਲਾਉਣ ਦੀ ਕੋਸ਼ਿਸ਼ ਕਰ ਰਹੀ ਏ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸਿਆਸੀ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੈਪਟਨ ਟਕਰਾਓ ਦੀ ਰਾਜਨੀਤੀ ਕਰਨ ਵਿਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਵਿਚ ਸਾਹ ਏ, ਉਹ ਪੰਜਾਬ ਦਾ ਅਮਨ ਭੰਗ ਨਹੀਂ ਕਰਨ ਦੇਣਗੇ। ਉਨ੍ਹਾਂ ਸੱਦਾ ਦਿੱਤਾ ਕਿ ਸਾਰੀਆਂ ਪਾਰਟੀਆਂ ਰਾਜ ਵਿਚ ਅਮਨ ਕਾਇਮ ਰੱਖਣ ਲਈ ਕੰਮ ਕਰਨ। ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੂੰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਜੀ ਵਾਰ ਹਾਰ ਦਾ ਮੂੰਹ ਦੇਖਣਾ ਪਵੇਗਾ। ਇਸ ਰੈਲੀ ਨੂੰ ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋ, ਸੁਖਦੇਵ ਸਿੰਘ ਢੀਂਡਸਾ ਆਦਿ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਰੈਲੀ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਪਹਿਲੀ ਵਾਰ ਇਹਨਾਂ ਰੈਲੀਆਂ ਦਾ ਨਾਂ ਸਦਭਾਵਨਾ ਰੈਲੀ ਰੱਖੀ ਹੋਈ ਹੈ। ਇਹ ਰੈਲੀ ਦਾ ਮਤਲਬ ਕਿ ਅਸੀਂ ਪੰਜਾਬ ਵਿਚ ਦੇਸ਼ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਤਰੱਕੀ ਖੁਸ਼ਹਾਲੀ ਵੀ ਨਹੀਂ ਹੋ ਸਕਦੀ ਜਿਹੜੇ ਮੁਲਕ ਜਾਂ ਜਿਹੜੇ ਸੂਬੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨਹੀਂ ਹੁੰਦੀ। ਬਠਿੰਡੇ ਰੈਲੀ ਨੇ ਤਸਦੀਕ ਕਰਤੀ ਕਿ ਅਸੀਂ ਜੋ ਆਏ ਹਾਂ ਸਾਰੇ ਹੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਮਦਈ ਹਾਂ ਤੇ ਜਿਹੜਾ ਕੋਈ ਵੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਵਾਸਤੇ ਕੋਸ਼ਿਸ਼ ਕਰੇਗਾ ਅਸੀਂ ਛਾਤੀਆਂ ਡਾਹ ਕੇ ਕੁਰਬਾਨੀ ਦੀ ਵੀ ਲੋੜ ਪਈ ਕੁਰਬਾਨੀ ਕਰਾਂਗੇ ਪਰ ਅਮਨ ਸ਼ਾਂਤੀ ਪੰਜਾਬ ਦੀ ਭੰਗ ਨਹੀਂ ਹੋਣ ਦਿਆਂਗੇ। ਘਬਰਾਹਟ ਕਾਂਗਰਸ ਚ ਆ ਗਈ ਹੈ। ਮੁਕਤਸਰ ਦੀ ਆਪਣੇ ਬਠਿੰਡੇ ਦੀ ਰੈਲੀ ਸੀ। ਮੈਂ ਅਗਲੇ ਦਿਨ ਅਖਬਾਰ ਪੜ੍ਹੇ, ਅਖਬਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਅਖਬਾਰ ਵਿੱਚ ਦੂਜੇ ਕਾਂਗਰਸੀਆਂ ਦੇ ਬਿਆਨ। ਕਹਿਣ ਲੱਗੇ ਕਿ ਜੀ ਰੈਲੀ ਵਿੱਚ ਅਕਾਲੀ ਦਲ ਨੇ ਹਰਿਆਣੇ ਤੋਂ ਲੋਕ ਲਿਆਂਦੇ, ਰਾਜਸਥਾਨ ਤੋਂ ਲਿਆਂਦੇ। ਕੈਪਟਨ ਸਾਹਿਬ, ਮੋਗੇ ਦੀ ਰੈਲੀ ਚ ਅਸੀਂ ਤਾਮਿਲਨਾਡੂ ਤੋਂ ਲੈ ਕੇ ਆਏ ਹਾਂ, ਲੋਕ ਕੇਰਲਾ ਤੋਂ ਲੈ ਕੇ ਆਏ ਹਾਂ, ਅਸਾਮ ਤੋਂ ਲੈ ਕੇ ਆਏ ਹਾਂ। ਇਹਦਾ ਮਤਲਬ ਸਾਡੀ ਪਾਰਟੀ ਦੇਖੋ ਕਿੰਨੀ ਤਕੜੀ ਹੈ। 3-4 ਲੱਖ ਲੋਕ ਬੈਠੇ ਤੇ ਮੈਂ ਲੱਖ ਲੱਖ ਤਾਂ ਤਾਮਿਲਨਾਡੂ ਚ ਅਗਲੀ ਇਲੈਕਸ਼ਨ ਲੜੀ ਸੀ। ਅਸਲੀ ਗੱਲ ਹੈ ਕਾਂਗਰਸੀ ਸੁਪਨੇ ਲਈ ਬੈਠੇ ਸੀ ਯਾਰ, 10 ਸਾਲ ਹੋ ਗਏ ਹੁਣ ਤਾਂ ਦਾ ਲੱਗਿਆ ਹੀ ਲੱਗਿਆ। ਕੈਪਟਨ ਸਾਹਿਬ 25 ਸਾਲ ਗਏ ਸੀ ਅਸੀਂ, ਹਲੇ 15 ਸਾਲ ਸਾਡੇ ਹੋਰ ਪਏ ਆ ਤੇ ਉਦੋਂ ਤਾਂ ਕੈਪਟਨ ਸਾਹਿਬ ਤਾਂ ਬਸ ਬਸ ਯਾਰ ਵਿੱਚ ਨਾ ਬੋਲਿਆ ਕਰ। ਕੈਪਟਨ ਸਾਹਿਬ ਤਾਂ ਉਦੋਂ 100 ਟੱਪ ਜਾਣਗੇ ਉਮਰ। ਮੈਂ ਅਖਬਾਰਾਂ ਚ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਚ ਜੀ ਸਾਰੇ ਕਾਂਗਰਸੀ ਜੀ ਬਾਜਵੇ ਨੂੰ ਲਾਓ ਕੈਪਟਨ ਨੂੰ ਲਿਆਓ, ਬਾਜਵੇ ਨੂੰ ਲਾਓ ਕੈਪਟਨ, ਕੈਪਟਨ ਇਹਨਾਂ ਦਾ ਬੱਬਰ ਸ਼ੇਰ ਹੈ।
ਇਹਨਾਂ ਦਾ ਸਭ ਤੋਂ ਵੱਡਾ ਬੱਬਰ ਸ਼ੇਰ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਜਿਹਨੂੰ ਦੋ ਵਾਰੀ ਆਪਾਂ ਪੰਜ ਦੋ ਸੈਕਿੰਡਾਂ ਚ ਪਿੱਠ ਲਾ ਦੀ ਸੀ ਦੋ ਇਲੈਕਸ਼ਨਾਂ ਚ ਆਈ ਕੈਪਟਨ 2007 ਦੀ ਮੁੱਖ ਮੰਤਰੀ ਸੀ ਕਾਂਗਰਸ ਦਾ ਪ੍ਰਧਾਨ ਸੀ ਪਹਿਲੇ ਗੇੜੇ ਚ ਜਿਵੇਂ ਭਲਵਾਨੀ ਕਰਦੇ ਨਾ ਕੁਸ਼ਤੀਆਂ ਹੁੰਦੀਆਂ ਜੇ ਪਹਿਲੇ ਦੋ ਮਿੰਟਾਂ ਚ ਪਿੱਠ ਲਾ ਦੀਆਂ ਫਿਰ ਕੀ ਕਹਿੰਦੇ ਉਹਨਾਂ ਨੂੰ ਪਟਕਾ ਮਾਰਿਆ 2007 ਚ ਵੀ 2017 ਚ ਵੀ 12 ਚ ਵੀ ਤੇ 2017 ਚ ਵੀ ਤਿਆਰੀ ਹੈ ਉਹਦੀ ਹੈਟ੍ਰਿਕ ਦੀ ਕੈਪਟਨ ਸਾਹਿਬ ਹੁਣ ਕੈਪਟਨ ਸਾਹਿਬ ਬੋਲਣਗੇ ਮੈਂ ਅਕਾਲੀਆਂ ਨੂੰ ਤੁਲ ਦੂੰਗਾ ਮੈਂ ਅਕਾਲੀਆਂ ਨੂੰ ਅੰਦਰ ਕਰ ਦੂੰਗਾ ਬਸ ਹੋਰ ਕੁਛ ਆਉਂਦਾ ਹੀ ਨਹੀਂ ਲੁਧਿਆਣਾ ਵਿਚ ਅੱਜ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ ਵਿਚ ਤਿੰਨ ਬੱਚਿਆਂ ਦੀ ਸੜ ਕੇ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਏ ਇਹ ਘਟਨਾ ਸਥਾਨਕ ਫੋਕਲ ਪੁਆਇੰਟ ਇਲਾਕੇ ਵਿਚ ਪੈਂਦੇ ਇਕ ਘਰ ਵਿਚ ਉਸ ਸਮੇਂ ਵਾਪਰੀ ਜਦੋਂ ਰਸੋਈ ਗੈਸ ਦੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਤੋਂ ਬਾਅਦ ਘਰ ਵਿਚ ਅੱਗ ਲੱਗ ਗਈ ਮ੍ਰਿਤਕਾਂ ਵਿਚ ਲਾਡੋ ਉਮਰ 1.5 ਸਾਲ ਕ੍ਰਿਸ਼ਨ ਉਮਰ 4 ਸਾਲ ਅਤੇ ਨੀਤੀ ਉਮਰ 5 ਸਾਲ ਸ਼ਾਮਲ ਹਨ ਇਨ੍ਹਾਂ ਤੋਂ ਇਲਾਵਾ ਇਕ ਹੋਰ 9 ਸਾਲ ਦੀ ਲੜਕੀ ਵੀ ਅੱਗ ਕਾਰਨ ਝੁਲਸ ਗਈ ਘਟਨਾ ਅੱਜ ਸਵੇਰੇ ਵਾਪਰੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਏ ਯਹਾਂ ਪੇ ਨਾ ਰਮੇਸ਼ ਨਾਮ ਕਾ ਵਿਅਕਤੀ ਕਿਰਾਏ ਪੇ ਰਹਿਤਾ ਹੈ ਕਰੀਬ ਅਬਾਊਟ 10 ਸਾਲ ਸੇ ਵੀ 15 ਸਾਲ ਕੇ ਬੀਚ ਮੇ ਯਹਾਂ ਕਿਰਾਏ ਪੇ ਰਹਿ ਰਹਾ ਹੈ ਇਸਕੇ 5 ਬੱਚੇ ਹੈ 4 ਬੇਟੀਆਂ ਹੈ 1 ਬੇਟਾ ਹੈ ਔਰ ਸੁਬਹਾ ਇਹ ਆਪਣੇ ਕਾਮ ਪੇ ਚਲੇ ਗਏ ਲੇਬਰ ਵਗੈਰਾ ਕਾ ਕਾਮ ਕਰਤਾ ਹੈ ਇਸਕੀ ਵਾਈਫ ਹੈ ਜੋ ਸੁਨੀਤਾ ਘਰ ਮੇ ਅਕੇਲੀ ਸੀ ਤੋ ਉਸਕੇ ਲੜਕੇ ਨੇ ਜੋ ਕਰੀਬ ਉਸਕੀ ਉਮਰ ਹੈ ਜੀ ਆਪਣੇ 4 ਸਾਲ ਉਸਨੇ ਚਾਏ ਬਣਾਉਣ ਕੇ ਲਈ ਕਿਹਾ ਤੋ ਜੋ ਸੁਨੀਤਾ ਹੈ ਉਸਨੇ ਘਰ ਮੇ ਚਾਏ ਬਣਾਉਣ ਕੇ ਲਈ ਗੈਸ ਸਿਲੰਡਰ ਜਲਾਇਆ ਔਰ ਜਬ ਉਸਨੇ ਉਸਕੋ ਚੂਲ੍ਹੇ ਕੋ ਉਧਰ ਖਿੱਚਾ ਤੋ ਉਸਸੇ ਕੋਈ ਗੈਸ ਲੀਕੇਜ ਹੋ ਗਈ ਇੱਕਦਮ ਘਰ ਮੇ ਆਗ ਲੱਗ ਗਈ ਤੋ ਘਰ ਮੇ 5 ਹੀ ਬੱਚੇ ਸੇ ਇੱਕ ਜੋ ਲੜਕੀ ਹੈ ਵੋ ਲੈਟਰਿਨ ਕੇ ਲਈ ਗਈ ਹੋਈ ਸੀ ਔਰ ਜੋ 4 ਬੱਚੇ ਸੇ ਉਨਕੋ ਇੱਕਦਮ ਆਗ ਲੱਗ ਗਈ ਔਰ ਇੱਕ ਬੱਚੀ ਨੇ ਕੂਦ ਕਰ ਆਪਣੀ ਜਾਨ ਬਚਾ ਲਈ ਉਹ ਇੰਜਰਡ ਹੋ ਗਈ ਹੈ ਔਰ ਇਸ ਹਾਦਸੇ ਮੇ 3 ਬੱਚੋਂ ਕੀ ਡੈਥ ਹੋ ਗਈ ਜਿਸ ਮੇ 1 ਲੜਕਾ ਹੈ ਔਰ 2 ਲੜਕੇ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੰਦਰਬੀਰ ਸਿੰਘ ਬੁਲਾਰੀਆ ਦੀ ਥਾਂ ਤੇ ਰਵੀ ਕਿਰਨ ਸਿੰਘ ਕਾਲੋ ਨੂੰ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਏ ਮੀਡੀਆ ਨੂੰ ਇਹ ਜਾਣਕਾਰੀ ਪਾਰਟੀ ਦੇ ਸਕੱਤਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਮਾਝਾ ਜ਼ੋਨ ਯੂਥ ਅਕਾਲੀ ਦਲ ਦੇ ਨਵੇਂ ਪ੍ਰਧਾਨ ਰਵੀ ਕਿਰਨ ਸਿੰਘ ਕਾਲੋ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਦੇ ਚੇਅਰਮੈਨ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋ ਦੇ ਪੁੱਤਰ ਹਨ ਸਮਝਿਆ ਜਾਂਦਾ ਹੈ ਕਿ ਇਹ ਤਬਦੀਲੀ ਬੁਲਾਰੀਆ ਦੀ ਪਾਰਟੀ ਆਗੂਆਂ ਨਾਲ ਚੱਲੇ ਆ ਰਹੇ ਮਤਭੇਦਾਂ ਕਰਕੇ ਕੀਤੀ ਗਈ ਏ ਹਰਿਆਣਾ ਦੇ ਫਤਿਆਬਾਦ ਦੀ SP ਸੰਗੀਤਾ ਕਾਲੀਆ ਦਾ ਅੱਜ ਤਬਾਦਲਾ ਕਰ ਦਿੱਤਾ ਗਿਆ ਬੀਤੇ ਦਿਨ ਇਕ ਮੀਟਿੰਗ ਵਿਚ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਅਤੇ ਮਹਿਲਾ SP ਵਿਚਕਾਰ ਗੈਰ ਕਾਨੂੰਨੀ ਸ਼ਰਾਬ ਦੇ ਮੁੱਦੇ ਤੇ ਕਾਫ਼ੀ ਗਰਮਾ ਗਰਮ ਬਹਿਸ ਹੋ ਗਈ ਸੀ ਪੜਕੇ ਹੋਏ ਮੰਤਰੀ ਨੇ ਮਹਿਲਾ SP ਨੂੰ ਮੀਟਿੰਗ ਵਿਚੋਂ ਬਾਹਰ ਚਲੇ ਜਾਣ ਲਈ ਕਹਿ ਦਿੱਤਾ ਸੀ ਪਰ SP ਵੱਲੋਂ ਜਾਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸ੍ਰੀ ਵਿਜ ਖੁਦ ਹੀ ਮੀਟਿੰਗ ਛੱਡ ਕੇ ਚਲੇ ਗਏ ਸਨ ਕੱਲ੍ਹ ਵਾਲੀ ਘਟਨਾ ਦੇ ਨਤੀਜੇ ਵਜੋਂ ਹੀ ਅੱਜ SP ਸੰਗੀਤਾ ਵਾਲੀਆ ਦਾ ਤਬਾਦਲਾ ਕਰ ਦਿੱਤਾ ਗਿਆ ਉਧਰ ਮੰਤਰੀ ਅਨਿਲ ਵਿਜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੱਲ੍ਹ ਦੀ ਸਾਰੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਏ ਦੇਸ਼ ਵਿਚ ਛੇਤੀ ਹੀ ਖੇਤ ਕਿਸਾਨ ਅਤੇ ਜ਼ਮੀਨ ਬਚਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਇਸ ਗੱਲ ਦਾ ਪ੍ਰਗਟਾਵਾ CPM ਦੇ ਪੋਲਿਟ ਬਿਊਰੋ ਮੈਂਬਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਜਨ ਸਕੱਤਰ ਹਨਨ ਮੁੱਲਾ ਨੇ ਅੱਜ ਸੰਗਰੂਰ ਵਿਚ ਕੀਤਾ ਉਹ ਤ੍ਰਿਪੁਰਾ ਦੇ ਲੋਕ ਸਭਾ ਮੈਂਬਰ ਜਤਿੰਦਰ ਚੌਧਰੀ ਨਾਲ ਸੰਗਰੂਰ ਪਹੁੰਚੇ ਸਨ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਸਮੇਂ ਕਿਸਾਨਾਂ ਦੇ ਹਾਲਾਤ ਚੰਗੇ ਸਨ ਅਤੇ ਨਾ ਹੀ ਹੁਣ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਸਮੇਂ ਕਿਸਾਨਾਂ ਦੀ ਸਥਿਤੀ ਸੁਧਰੀ ਏ ਅਜੇ ਵਿਚ ਉਨ੍ਹਾਂ ਦੀ ਪਾਰਟੀ ਵੱਲੋਂ ਖੇਤਾਂ ਕਿਸਾਨਾਂ ਅਤੇ ਜ਼ਮੀਨ ਨੂੰ ਬਚਾਉਣ ਲਈ ਇਕ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਏ ਇਸ ਤਹਿਤ ਦੇਸ਼ ਭਰ ਵਿਚ ਕਿਸਾਨਾਂ ਦੇ ਹੱਕ ਵਿਚ ਲਹਿਰ ਖੜੀ ਕੀਤੀ ਜਾਵੇਗੀ ਤ੍ਰਿਪੁਰਾ ਦੇ ਸੰਸਦ ਮੈਂਬਰ ਜਤਿੰਦਰ ਚੌਧਰੀ ਨੇ GST ਬਿੱਲ ਬਾਰੇ ਬੋਲਦਿਆਂ ਕਿਹਾ ਕਿ ਜੇ ਕੇਂਦਰ ਸੂਬਿਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਦਾ ਏ ਤਾਂ ਉਹ ਇਸ ਸਬੰਧੀ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਹਨ ਜੋ GST ਹੈ ਉਸਕਾ ਪਹਿਲੇ ਜੋ ਭਾਰਤ ਜਬ ਹੁਆ ਵੈਲਿਊ ਐਡਡ ਟੈਕਸ ਇਹ ਹਿੰਦੁਸਤਾਨ ਐਕਟ ਇਹ ਫੈਡਰਲ ਸਟਰਕਚਰ ਕਾ ਇਹ ਦੇਸ਼ ਹੈ ਯਹਾਂ ਪੇ ਤੋ ਵੈਟ ਮੇ ਜੋ ਰਾਜਿਓ ਕਾ ਪ੍ਰਦੇਸ਼ ਕਾ ਆਧਾ ਹਿੱਸਾ ਚਲਾ ਗਿਆ ਉਨਕਾ ਜੋ ਪਾਵਰ ਚਲਾ ਗਿਆ ਕੋਈ ਟੈਕਸੇਸ਼ਨ ਕੇ ਲੀਏ ਅਭੀ ਇਹ GST ਹੋਣੇ ਕਾ ਬਾਅਦ ਬਾਕੀ ਜੋ ਆਧਾ ਰਹਾ ਹੈ ਇਹ ਪ੍ਰਦੇਸ਼ੋ ਕਾ ਜੋ ਸਮਤਾ ਸਟੇਟ ਫਾਈਨੈਂਸ ਮਿਨਿਸਟਰ ਕੁਛ ਕਰਨੇ ਕੇ ਲਈ ਉਹ ਵੀ ਚਲਾ ਜਾਏਗੇ ਤਾਂ ਹਮ ਕਿਆ ਬੋਲਾ ਹਮ GST ਕਾ ਪਕਸ ਮੇ ਹੂੰ
लेकिन इस जीएसटी लागू होने के बाद प्रदेशों का जो नुकसान होगा वही नुकसान को देखभाल करने के लिए सरकार इसका क्लेरिफिकेशन दो। ये जो नुकसान हो जाएगा, गैप हो जाएगा, वही गैप कैसे मरम्मत होगा, सरकार इसका स्पष्टीकरण करो। उस स्पष्टीकरण करने से हम भी उनको समर्थन करेंगे, क्यों नहीं करेंगे, क्योंकि देश की भलाई हमारा की भलाई है, वहां पर राजनीति का कोई कारण नहीं है, लेकिन इस बारे में सरकार खामोश है। कल शामी जबर जुनादी के मामले विच पटियाला पुलिस वालों गिरफ्तार किए गए पत्रकार बलतेज पन्नू नूं अज पटियाला दी अदालत विच पेश किया गया, जिथे अदालत वालों उस नूं एक दिन दे पुलिस रिमांड ते भेज दिता गया है। अदालत दे अहाते विच कुछ औरतां वालों बलतेज दी गड्डी वल स्याही अते टमाटर सुट्टे गए, पर इस बारे जदों औरतां नूं पुछया गया तां उस संबंधी कुछ भी दसण तों असमर्थ रहियां। अदालत विच पेशी मौके मीडिया नाल गल करदिआं बलतेज पन्नू ने खुद नूं बेकसूर दसदिआं अपने ते हुई पुलिस कार्रवाई नूं सरकार दी ज्यादती करार दिता। बलतेज पन्नू दे वकील ने कहा कि जो देश एक औरत वालों लाए जा रहे हैं वह 5 साल पहला की गल दसी जा रही है। इस मौके बलतेज पन्नू की पत्नी ने भी अपने पति नूं बेगुनाह दसिया। असी नॉर्मली अपने घरों निकले से अपने घर की शॉपिंग करन वास्ते, तो अपने एरिया चो निकल के साडे एरिया तो बाहर जाके थोड़ी दूरी तो गुरु नानक फाउंडेशन स्कूल आंदा जो कि सुल्लर च है। असी थोड़ा जो उन्हों क्रॉस किया, साडी राइट साइड एक छोटी पुलिस चौंकी पैंदी है सुल्लर च, उत्थों काफ़ी सारे पुलिस वाले बाहर आए तो बलतेज होना की गड्डी घेर ली। सानू ये लग्या कि बलतेज नू शायद स्कूल च कोई गुरु नानक फाउंडेशन च प्रॉब्लम हुई है, तो उत्थे असा कोई प्रॉब्लम वास्ते पुलिस भज रही। सानू उदों भी ये नहीं लग्या कि साडे ते कोई आ रहा, जेड़े तरीके नाल उन्होंने घराओ किया काफ़ी सारे पुलिस वाले से आके राउंड अप कर लिया गड्डी नू चारों तरफ तो, ते बलतेज दी विंडो खोलन तो बाद उहदी गड्डी दी की कढ़न दी कोशिश की, तो बलतेज होना ने कहा नहीं सर तुसीं पहलां अपनी गल दसो, तो वह कहिंदे कि तुसीं आके अपनी गड्डी चैक कराओ, तो बलतेज होना ने कहा कि तुसीं गड्डी चैक कर सकते हो सर गड्डी खुली है, तो कहिंदे नहीं तुसीं आओ तुसीं डिग्गी चैक कराओ। इन्होंने कहा कि सर डिग्गी भी खुली है, सानू आप ऑपरेट करन दी लोड़ नहीं पैंदी, चाबी लगाउण दी लोड़ नहीं पैंदी, तो इन्होंने कहा नहीं जी तुसीं नीचे आओ नहीं तो फिर तुसीं कह दोगे साडी गड्डी च कुछ रख दिता। मेन मोटिव उन्हों का यह कि बलतेज गड्डी चो उतरन तो उन्होंने दूसरी गड्डी च पाया जाए। सानू एक स्विफ्ट कार फॉलो करती सी वाइट कलर की जदों असी घरों निकले हैं, तो बलतेज जदों गड्डी चो उतरने फटाफट उन्होंने राउंड अप कर लिया, तो उन्होंने धक्का लैके उन्होंने गड्डी च बिठा दिता स्विफ्ट कार। यमुनानगर की सरस्वती खंड मिल अज मुड़ चालू हो गई। पहले दिन ही किसान 48,000 क्विंटल गन्ना लैके मिल विच पहुंचे, पर मिल मालकां दा कहना है कि पहले दिन ही मिल 600 रुपए प्रति क्विंटल दे घाटे नाल शुरू हुई है, क्योंकि मिल विच खंड बनाउण दी लागत 33 रुपए 50 पैसे प्रति किलो आ रही है, जदों कि खंड दा भाव सिर्फ 27 रुपए प्रति किलो है। जिक्रयोग है कि यमुनानगर की सरस्वती शुगर मिल पिछले साल तो विवादा विच है। बीते वरे किसानां दे गन्ने की अदायगी के मामले ते मिल की तालाबंदी की नौबत आ गई सी। मिल दे बंद होने तो बाद ही सरकार वल्लों इसकी सुध लैंदिया 100 करोड़ रुपए का कर्जा दिता गया सी, अते केंद्र सरकार वल्लों भी 36 करोड़ की मदद दी गई सी, जिस तों बाद अज इस मिल विच गन्ने की दोबारा पिड़ाई शुरू हुई। मिल शुरू होने नाल इलाके के किसानों विच खुशी का आलम है। जो हमारे डिस्कशन सरकार से हुए हैं और जो 9 नवंबर का जो शासन आदेश हमको प्राप्त हुआ है, तो उस आदेश के तहत तो लग रहा है सरकार से हमको जरूर कुछ ना कुछ इस पर मदद मिलेगी, और उसी मदद के अपेक्ष में और उसी मदद को मद्देनजर रखते हुए ही ये फैक्ट्री स्टार्टिंग का निर्णय लिया गया है। शर्तें कुछ नहीं थी, कंट्रोल बोर्ड में मीटिंग में कुछ डिस्कशन हुए थे 12 अक्टूबर की, उसके बेसिस पे उसमें कुछ कमियां थी, उस खामियों को हमने रिप्रेजेंटेशन दिया, उस रिप्रेजेंटेशन के आधार पर 9 नवंबर को जो नोटिफिकेशन जारी किया गया है उसमें क्लियर है कि जो एक्सपेक्टेड प्राइस चीनी का होगा उसके आधार पर कितना शेयर फैक्ट्री देंगी और कितना सरकार द्वारा वहन किया जाएगा। जिस फायर ब्रिगेड स्टेशन की अपनी हालत ही रब भरोसे रहने वाली हो, आम लोगों अगजनी या किसी होर बिपता तो किवें बचावेगा। ਜ਼ਿਲ੍ਹਾ ਸੰਗਰੂਰ ਦੇ ਫਾਇਰ ਬ੍ਰਿਗੇਡ ਸਟੇਸ਼ਨ ਨੂੰ ਦੇਖ ਕੇ ਮਨ ਵਿਚ ਇਹੀ ਸਵਾਲ ਉੱਠਦਾ ਏ। ਲੋਕਾਂ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਬਣਾਏ ਗਏ ਸਟੇਸ਼ਨ ਦੀ ਆਪਣੀ ਹੀ ਸਥਿਤੀ ਤਰਸਯੋਗ ਬਣੀ ਹੋਈ ਏ। ਜ਼ਿਲ੍ਹਾ ਸੰਗਰੂਰ ਦੇ ਧੂਰੀ, ਲਹਿਰਾ ਗਾਗਾ, ਦਿੜਬਾ, ਸੰਗਰੂਰ ਅਤੇ ਲੌਂਗੋਵਾਲ ਆਦਿ ਇਲਾਕਿਆਂ ਦਾ
ਸਾਂਝਾ ਫਾਇਰ ਬ੍ਰਿਗੇਡ ਸਟੇਸ਼ਨ ਸੰਗਰੂਰ ਸ਼ਹਿਰ ਵਿਚ ਸਥਿਤ ਏ। ਪਰ ਹੈਰਾਨੀ ਦੀ ਗੱਲ ਇਹ ਏ ਕਿ ਇੱਥੇ ਨਾ ਤਾਂ ਲੋੜੀਂਦੀ ਸਮੱਗਰੀ ਏ ਅਤੇ ਨਾ ਹੀ ਪੂਰਾ ਸਟਾਫ। ਫਾਇਰ ਸਟੇਸ਼ਨ ਕੋਲ ਅੱਗ ਤੇ ਕਾਬੂ ਪਾਉਣ ਵਾਲੀਆਂ ਕੰਡਮ ਹਾਲਤ ਵਾਲੀਆਂ ਗੱਡੀਆਂ ਹਨ ਜੋ ਦਹਾਕਿਆਂ ਪੁਰਾਣੀਆਂ ਹੋ ਚੁੱਕੀਆਂ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਦੱਸਿਆ ਕਿ ਲੋੜੀਂਦੀਆਂ ਸਹੂਲਤਾਂ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਲਾਂ ਉਠਾਉਣੀਆਂ ਪੈਂਦੀਆਂ ਹਨ। ਇਲਾਕਾ ਨਿਵਾਸੀਆਂ ਵੱਲੋਂ ਵੀ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਿਤੀ ਸੁਧਾਰਨ ਦੀ ਮੰਗ ਕੀਤੀ ਜਾ ਰਹੀ ਏ। ਅਸੀਂ ਦੋ ਚਾਰ ਡਰਾਈਵਰ ਹਾਂ ਜੀ, ਦੋ ਤਿੰਨੇ ਗੱਡੀਆਂ ਚੱਲਦੀਆਂ ਨੇ, ਇਹ 84 ਮਾਡਲ ਗੱਡੀਆਂ ਨੇ, ਬਾਕੀ ਅਸੀਂ ਕੰਮ ਚਲਾਉਣ ਵਾਸਤੇ ਓਕੇ ਰੱਖਦੇ ਉਹਨਾਂ ਨੂੰ ਤਿਆਰ ਕਰ। ਫਿਲਹਾਲ ਦੀ ਗੱਡੀ ਠੀਕ ਨੇ, ਦਿੱਕਤ ਤਾਂ ਆਉਂਦੀ ਹੈ ਜੀ, ਅਸੀਂ ਆਪਦਾ ਪਹਿਲਾਂ ਤਿਆਰੀ ਰੱਖਦੇ ਹਾਂ, ਆ ਕੇ ਸ਼ਾਫਟਾਂ ਦੇ ਨੱਟਾਂ 'ਤੇ ਹੱਥ ਮਾਰਨਾ, ਸਟਾਰਟਿੰਗ ਕਰਨੀ ਓਕੇ ਕਰਕੇ ਰੱਖਦੇ। ਅਸੀਂ ਤਾਂ ਚਾਹੁੰਦੇ ਜੀ, ਅਸੀਂ ਕਹਿੰਦੇ ਵੀ ਸਰਕਾਰ ਵੱਲੋਂ ਸਾਨੂੰ ਕੋਈ ਨਵੀਂ ਗੱਡੀ ਮਿਲੇ, ਨਵੀਂ ਸਹੂਲਤ ਮਿਲੇ। ਜੋ ਫਾਇਰ ਬ੍ਰਿਗੇਡ ਦੀ ਹੈ ਸਾਡੇ ਕੋਲ, ਜੋ ਡਿਸਟ੍ਰਿਕਟ ਲੈਵਲ 'ਤੇ ਡਿਪਾਰਟਮੈਂਟਸ ਦੇ ਕੋਲ ਹੈ ਜਾਂ ਹੋਰ ਵੀ ਰਿਸੋਰਸਿਸ ਹੁੰਦੇ ਨੇ, ਜਿਵੇਂ ਕੋਈ ਪ੍ਰਾਈਵੇਟ ਫੈਕਟਰੀਜ਼, ਉਹਨਾਂ ਦਾ ਸਾਡੇ ਕੋਲ ਪੂਰਾ ਡਾਟਾਬੇਸ ਹੈ। ਉਸ ਦੇ ਅਕੋਰਡਿੰਗਲੀ ਅਗਰ ਕਿਤੇ ਕੋਈ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਸਾਰੇ ਰਿਸੋਰਸਿਸ ਨੂੰ ਚੈਨਲਾਈਜ਼ ਕਰਦੇ ਹਾਂ। ਇੱਕ ਵਾਰ ਇਹਨਾਂ ਦਾ ਮਿਊਨਿਸਪਲ ਕੌਂਸਲ ਦਾ ਅਸੀਂ ਰਿਵਿਊ ਕਰ ਲਵਾਂਗੇ, ਜੇਕਰ ਕਿਸੇ ਕੌਂਸਲ ਦੇ ਵਿੱਚ ਕਿਸੇ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਸੰਬੰਧੀ ਜਾਂ ਕੌਂਸਲ ਨੂੰ ਜਾਂ ਸਰਕਾਰ ਨੂੰ ਅਸੀਂ ਸੁਝਾਅ ਦੇ ਸਕਦੇ। ਸਮਾਜ ਵਿਚ ਕੁਝ ਲੋਕਾਂ ਵੱਲੋਂ ਲਾਵਾਰਿਸ ਬੱਚਿਆਂ ਨੂੰ ਸੜਕਾਂ ਕਿਨਾਰੇ ਅਤੇ ਝਾੜੀਆਂ ਵਿਚ ਸੁੱਟ ਦਿੱਤਾ ਜਾਂਦਾ ਏ। ਅਜਿਹੀਆਂ ਬੱਚਿਆਂ ਨੂੰ ਬਚਾਉਣ ਲਈ ਅੱਜ ਪਟਿਆਲਾ ਜ਼ਿਲ੍ਹਾ ਦੇ ਪਾਤੜਾ ਸ਼ਹਿਰ ਵਿਚ ਰੈੱਡ ਕਰਾਸ ਦੀ ਸਹਾਇਤਾ ਨਾਲ ਲਾਵਾਰਿਸ ਬੱਚਿਆਂ ਲਈ ਇਕ ਪੰਗੂੜਾ ਸਥਾਪਿਤ ਕੀਤਾ ਗਿਆ। ਇਹ ਪੰਗੂੜਾ ਪਾਤੜਾ ਸ਼ਹਿਰ ਦੇ ਬਾਈਪਾਸ ਤੇ ਰੱਖਿਆ ਗਿਆ ਏ। ਇਸ ਦਾ ਉਦਘਾਟਨ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਕੀਤਾ ਗਿਆ। ਇਸ ਮੌਕੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰ ਸਮਾਜ ਸੇਵੀ ਸ਼ਖਸੀਅਤਾਂ ਵੀ ਮੌਜੂਦ ਸਨ। जी आजकल जो देखने में आया है कि जितनी नवजमनी बच्चियां होती हैं लावारस, उनको कई बार अबैंडन करके लोग झाड़ियों में सड़कों के पास छोड़ जाते हैं, तो उनकी फैसिलिटी के लिए कि उनको एक अच्छा सिस्टम मिले, रेड क्रॉस की तरफ से स्कूल ने भी बहुत इसमें मदद की है, जगह दी है, अंगूढ़ा पातड़ा शहर में लगाया है। तो मेरा मानना यह है कि जितनी लावारस कोई अबैंडन गर्ल चाइल्ड्स होते हैं या दूसरे बच्चे भी हैं, उनको लोग अगर इसमें डालें तो फर्दर उनको एक प्रॉपर अडॉप्शन केयर जो है गवर्नमेंट तरफ से दी जाएगी। आज ऑल इंडिया ग्रामीण डाक सेवक यूनियन होशियारपुर डिवीजन दी एक मीटिंग सकत्तर सोन सिंह सैनी दी प्रधान की हेठ हुई। मीटिंग विच कहा गया कि 2,70,000 ग्रामीण डाक सेवका नू 7वें पे कमीशन विच शामिल ना करके केंद्र सरकार ने देश की 70% पेंडू आबादी नाल मतरेई मां वाला सलूक किया है। यूनियन आगुआ ने दसिया कि केंद्र सरकार दे उक्त फैसले खिलाफ होशियारपुर दे मुख डाकघर विखे भुख हड़ताल रखी जा रही है। उन्हें सरकार तो मांग की थी कि ग्रामीण डाक सेवका नू भी 7वें पे कमीशन दी सिफारिशां दा लाभ दिता जावे। आज दा जिहड़ा साडा धरना हैगा, ਇਹ ਸਾਡੇ ਜਨਰਲ ਸੈਕਟਰੀ SS ਮਹਾਦਵਈਆ ਦੇ ਕਾਲ ਦੇ ਉੱਤੇ ਅਸੀਂ ਕੀਤਾ ਹੈਗਾ। ਉਹਨਾਂ ਦਾ ਇਹ ਵਿਰੋਧ ਸੀ ਕਿ ਜਿਹੜੀ ਕੇਂਦਰ ਸਰਕਾਰ ਆ ਉਹਨੇ ਸਾਨੂੰ 7ਵੇਂ ਪੇ ਕਮਿਸ਼ਨ ਵਿੱਚ ਸ਼ਾਮਲ ਨਹੀਂ ਕੀਤਾ, ਸੋ ਇਸ ਵਿਰੋਧ ਵਿੱਚ ਜਿਹੜਾ ਹੈਗਾ ਆ ਇਹ ਅੱਜ ਦਾ ਸਾਡਾ ਭੁੱਖ ਹੜਤਾਲ ਜਿਹੜੀ ਹੈਗੀ ਆ। ਸਾਡੀਆਂ ਮੰਗਾਂ ਇਹੀ ਹੈਗੀਆਂ ਕਿ ਸਾਨੂੰ ਜਿਹੜਾ 150 ਸਾਲ ਲਗਭਗ ਹੋ ਗਿਆ ਕਿ ਸਾਨੂੰ 3 ਤੋਂ 5 ਘੰਟੇ ਦੇ ਮੁਲਾਜ਼ਮ ਰੱਖਿਆ, ਲੇਕਿਨ ਸਭ ਤੋਂ ਜਿਹੜਾ ਕੰਮ ਆ ਉਹ ਹਮੇਸ਼ਾ ਜਿਹੜਾ 8-9 ਘੰਟੇ ਜਿਹੜਾ ਉਹ ਲਿਆ ਜਾਂਦਾ ਹੈਗਾ, ਲੇਕਿਨ ਅੱਜ ਤੱਕ ਸਾਨੂੰ ਇਹਨਾਂ ਨੇ ਕੋਈ ਇਹ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ 5 ਘੰਟੇ ਤੋਂ ਉੱਪਰ ਜਿਹੜਾ ਸਾਨੂੰ ਇਹ ਟਾਈਮ ਦੇਣ, ਲੇਕਿਨ ਫਿਰ ਵੀ ਜਿਹੜਾ ਸਾਡਾ ਗ੍ਰਾਮੀਣ ਡਾਕ ਸੇਵਕ ਜਿਹੜੇ ਹੈਗੇ ਆ ਪੇਂਡੂ, ਇਸ ਦੇਸ਼ ਦੀ ਜਿਹੜੀ ਆ ਪੇਂਡੂ ਆਬਾਦੀ ਲਗਭਗ 70% ਹੈਗੀ ਆ ਉਸਨੂੰ ਇਹ ਕਵਰ ਕਰਦੇ ਆ, ਲੇਕਿਨ ਇਹ ਡਾਕ ਵਿਭਾਗ ਜਿਹੜਾ ਹੈਗਾ ਆ ਜਾਂ ਕੇਂਦਰ ਸਰਕਾਰ ਹੈਗੀ ਆ ਇਹ ਸਾਨੂੰ ਇਸ ਗੱਲ ਦੀ ਮਾਨਤਾ ਨਹੀਂ ਦਿੰਦੀ ਕਿ ਇਹ ਜਿਹੜਾ ਹੈਗਾ ਆ ਕਿ ਅਸੀਂ ਇਹਨਾਂ ਨੂੰ ਪਰਮਾਨੈਂਟ ਕਰ ਸਕੀਏ। ਤੇਜ਼ੀ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।